ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਸ਼ਮੀਰ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬੀ ਵਿੱਚ ਜਾਣਕਾਰੀ YouTube ਚੈਨਲ ਉੱਤੇ ਐਕਸ ਇੰਡਿਆ ਲੀਵ ਆ ਦੋਸਤੋ ਇੱਕ ਛੁੱਟੀ ਦੀ ਕਿਸਮ ਨਾ ਹੋ ਕੇ ਇੱਕ ਪਰਵਾਨਗੀ ਆ ਜੋ ਅਸੀਂ ਵਿਦੇਸ਼ ਜਾਣ ਵਾਸਤੇ ਹਾਸਲ ਕਰਦੇ ਆ ਆਪਣੇ ਵਿਭਾਗ ਤੋਂ ਤੇ ਜਦੋਂ ਵੀ ਅਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਆ ਜਾਨੀ ਕਿ ਵਿਦੇਸ਼ੀ ਯਾਤਰਾ ਤੇ ਜਾਂਦੇ ਆ ਤਾਂ ਸਾਡੇ ਉੱਤੇ ਕਈ ਤਰ੍ਹਾਂ ਦੇ ਨਿਯਮ ਲਾਗੂ ਹੁੰਦੇ ਆ ਸਭ ਤੋਂ ਪਹਿਲਾ ਜਿਹੜਾ 1968 ਦਾ ਨਿਯਮ ਕੰਡਕਟਰ ਰੂਲ ਤੇ ਉਸ ਤੋਂ ਬਾਅਦ ਸਜ਼ਾ ਤੇ ਅਪੀਲ ਦੇ ਰੂਲ ਆ 1970 ਦੇ ਤੇ ਇਸ ਤੋਂ ਇਲਾਵਾ ਦੋਸਤੋ ਇੱਕ 2010 ਦਾ ਨਿਯਮ ਲਾਗੂ ਹੁੰਦਾ ਹੈ ਜਦੋਂ ਵੀ ਅਸੀਂ ਵਿਦੇਸ਼ ਵਿੱਚ ਯਾਤਰਾ ਤੇ ਜਾਂਦੇ ਆ ਕਿ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਆ ਕਿ 2010 ਦਾ ਕਿਹੜਾ ਨਿਯਮ ਆ ਤੇ 24 ਤੇ 16 ਤੋਂ ਪਹਿਲਾਂ ਦੋਸਤੋ ਐਕਸ ਇੰਡੀਆ ਲੀਵ ਵਾਸਤੇ ਕੋਈ ਵੀ ਸਪੈਸ਼ਲ ਜਿਹੜੀ ਇੱਕ ਸਪਸ਼ਟ ਨੀਤੀ-ਨੀਤੀ ਹੈਗੀ ਤੇ ਇਸ ਨੀਤੀ ਦੀ ਨਾ ਹੋਂਦ ਕਾਰਨ ਕਈ ਕਰਮਚਾਰੀਆਂ ਨੇ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਪੀਆਰ ਹਾਸਲ ਕੀਤੀ ਆ ਵੀਜ਼ਾ ਗ੍ਰੀਨ ਕਾਰਡ ਜਾਂ ਇਮੀਗ੍ਰੇਸ਼ਨ ਸਟੇਟਸ ਪ੍ਰਾਪਤ ਕਰ ਲਿਆ ਜਾਂ ਫਿਰ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਤੇ 24 ਸੇ 16 ਦੇ ਰਾਹੀਂ ਇੱਕ ਸਰਕਾਰ ਨੇ ਨੀਤੀ ਨਿਰਧਾਰਤ ਕਰ ਦਿੱਤੀ ਆ ਤੇ ਜਿਸ ਵੀ ਕਰਮਚਾਰੀ ਨੇ ਛੁੱਟੀ ਵਾਸਤੇ ਅਪਲਾਈ ਕਰਨਾ ਹੈ ਤਾਂ ਜਿਹੜਾ 24 ਸੇ 16 ਦੇ ਵਿੱਚ ਇੱਕ ONLAG 1 3 ਤੇ ਇੱਕ ਸਵੈ ਘੋਸ਼ਣਾ ਪੱਤਰ ਆ ਉਹ ਭਰ ਕੇ ਦੇਣਾ ਹੁੰਦਾ ਸੀ ਤੇ ਨਾਲ ਦੀ ਨਾਲ ਇੱਕ ਅੰਡਰਟੇਕਿੰਗ ਦਿੰਦੇ ਹੋਏ ਪੇਸ਼ ਕਰਨਾ ਹੈ ਤੇ ਜਿਹੜਾ ਸਵੈ ਘੋਸ਼ਣਾ ਪੱਤਰ ਆ ਉਹ 5 ਜੂਨ 2015 ਦੀਆਂ ਹਦਾਇਤਾਂ ਦੇ ਅਨੁਸਾਰ ਦਿੱਤਾ ਜਾਣਾ ਹੈ ਤੇ ਜਿਹੜਾ ਵੀ ਕਰਮਚਾਰੀ ਦੋਸਤੋ ਬਾਹਰਲੇ ਦੇਸ਼ ਵਿੱਚ ਜਾਵੇਗਾ ਯਾਤਰਾ ਵਾਸਤੇ ਤਾਂ ਉਹਨੂੰ ਵੀ ਇਹ ਵੀ ਦੱਸਣਾ ਹੋਵੇਗਾ ਜਿਹੜਾ ਉਹਦਾ ਖਰਚੇ ਦਾ ਵਸੀਲਾ ਹੈ ਤਾਂ ਉਹਨੇ ਕਿੱਥੋਂ ਕੀਤਾ ਤੇ 24/6/16 ਦੀ ਜਿਹੜੀ ਹਦਾਇਤਾਂ ਸੀ ਦੇ ਵਿੱਚ ਦੋਸਤੋ 1 ਮਹੀਨੇ ਤੱਕ ਦੀ ਜਿਹੜੀ ਛੁੱਟੀ ਆ ਸਮਰਾਥ ਅਧਿਕਾਰੀ ਪ੍ਰਵਾਨ ਕਰ ਦ ਸਕਦਾ ਸੀ ਤੇ ਜੇਕਰ ਹੀ 1 ਮਹੀਨੇ ਤੋਂ ਜ਼ਿਆਦਾ 3 ਮਹੀਨੇ ਤੱਕ ਛੁੱਟੀ ਚਾਹੀਦੀ ਹੈ ਤਾਂ ਉਹਨੂੰ ਪਰਸਨਲ ਵਿਭਾਗ ਦੀ ਪ੍ਰਵਾਨਗੀ ਚਾਹੀਦੀ ਸੀ ਜੇਕਰ 3 ਮਹੀਨੇ ਤੋਂ ਵੱਧ ਜੀ ਚਾਹੀਦੀ ਹੈ ਤਾਂ ਉਹਦੇ ਬਾਅਦ ਤੇ ਮੁੱਖ ਮੰਤਰੀ ਹੀ ਜਿਹੜੀ ਛੁੱਟੀ ਆ ਫਾਈਨਲ ਕਰ ਸਕਦਾ ਸੀ ਵਿਦੇਸ਼ੀ ਛੁੱਟੀ ਪਰ ਇਸ ਤੋਂ ਬਾਅਦ ਜਿਹੜੇ 20717 ਦੇ ਰਾਹੀਂ ਸਰਕਾਰ ਨੇ ਆਪਣੇ ਹਦਾਇਤਾਂ ਦੇ ਵਿੱਚ ਸੋਧ ਕਰਦੇ ਹੋਏ ਜਿਹੜੀ 3 ਮਹੀਨੇ ਤੱਕ ਦੀ ਛੁੱਟੀ ਆ ਉਹ ਵੀ ਭਾਗ ਦਾ ਮੁਖੀ ਜਾਂ ਸਮਰੱਥ ਅਧਿਕਾਰੀ ਕਰ ਸਕਦਾ ਏ ਤੇ ਇਸ ਤੋਂ ਇਲਾਵਾ ਜੇ 3 ਮਹੀਨੇ ਤੋਂ ਜ਼ਿਆਦਾ ਛੁੱਟੀ ਚਾਹੀਦੀ ਆ ਤਾਂ ਪਰਸਨਲ ਵਿਭਾਗ ਦੀ ਜਿਹੜੀ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ ਤੇ ਜੇ ਵੀ ਕੋਈ ਕਰਮਚਾਰੀ ਛੁੱਟੀ ਲੈ ਕੇ ਬਾਹਰਲੇ ਮੁਲਕ ਦੇ ਵਿੱਚ ਚਲੇ ਗਿਆ ਤਾਂ ਸਧਾਰਨ ਹਾਲਾਤਾਂ ਦੇ ਵਿੱਚ ਉਹਨੂੰ ਛੁੱਟੀ ਦੇ ਵਿੱਚ ਬਾਦੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਜੇਕਰ ਕਿਸੇ ਵਿਸ਼ੇਸ਼ ਹਾਲਤ ਦੇ ਵਿੱਚ ਛੁੱਟੀ ਚਾਹੀਦੀ ਵੀ ਆ ਤਾਂ ਵਿਸ਼ੇਸ਼ ਹਾਲਤਾਂ ਦਾ ਸਭ ਤੋਂ ਪਹਿਲਾਂ ਹੈਗਾ ਇਲਾਜ ਕਰਨ ਵਾਸਤੇ ਜਦੋਂ ਕਰਮਚਾਰੀ ਆਪਣੇ ਇਲਾਜ ਵਾਸਤੇ ਗਿਆ ਏ ਜਾਂ ਫਿਰ ਉਹਦੇ ਖੂਨ ਦੇ ਰਿਸ਼ਤੇ ਦਾ ਕੋਈ ਮੈਂਬਰ ਆ ਉਹਦਾ ਇਲਾਜ ਹੋ ਰਿਹਾ ਬਾਹਰਲੇ ਦੇਸ਼ ਦੇ ਵਿੱਚ ਜਾਂ ਐਡਮਿਟ ਆ ਜਾਂ ਕਈ ਵਾਰ ਕੋਈ ਐਸੀ ਸਥਿਤੀ ਹੋ ਬਣ ਜਾਂਦੀ ਹੈ ਕਿ ਟਾਲਣਯੋਗ ਨਹੀਂ ਹੁੰਦੀ ਜਿਵੇਂ ਕਈ ਵਾਰ ਕੋਈ ਕੁਦਰਤੀ ਆਫਤ ਆ ਜਾਂਦੀ ਆ ਤੇ ਜੇਕਰ ਇਹ ਐਸੀ ਕੋਈ ਸਥਿਤੀ ਆndi ਵੀ ਹੈ ਤਾਂ ਉਹਦਾ ਫੂਕਤਾ ਸਬੂਤ ਜਦੋਂ ਕਰਮਚਾਰੀ ਪੇਸ਼ ਕਰੇਗਾ ਤਾਂ ਹੀ ਉਹਦੀ ਛੁੱਟੀ ਦੇ ਵਿੱਚ ਵਾਧੇ ਵਾਸਤੇ ਵਿਚਾਰ ਕੀਤਾ ਜਾਵੇਗਾ ਤੇ ਜਿਨ੍ਹਾਂ ਕਰਮਚਾਰੀਆਂ ਦੇ ਵਿਰੁੱਧ ਵੱਡੀਆਂ ਸਜ਼ਾਾਂ ਮਾ ਫਾਈਨਲ ਕੀਤੀਆਂ ਜਾਣੀਆਂ ਜਿਵੇਂ ਕਿਸੇ ਨੂੰ ਡਿਸਮਿਸ ਕੀਤਾ ਜਾਣਾ ਹੈ ਰਿਮੂਵ ਕੀਤਾ ਜਾਣਾ ਹੈ ਜਾਂ ਜਾਬਰੀ ਸੇਵਾ ਤੋਂ ਮੁਕਤ ਕੀਤਾ ਜਾਣਾ ਹੈ ਤਾਂ ਇਨ੍ਹਾਂ ਕਰਮਚਾਰੀਆਂ ਦੀ ਜਿਹੜੀ ਵਿਦੇਸ਼ੀ ਛੁੱਟੀ ਆ ਮਨਜ਼ੂਰ ਨਹੀਂ ਕੀਤੀ ਜਾਵੇਗੀ ਤੇ ਜੇਕਰ ਕਿਸੇ ਕਰਮਚਾਰੀ ਦੇ ਵਿਰੁੱਧ ਕੋਈ ਜਾਂਚ ਪੜਤਾਲ ਚੱਲ ਰਹੀ ਆ ਤਾਂ ਉਹਨਾਂ ਕਰਮਚਾਰੀਆਂ ਬਾਤੇ ਜਿਹੜੀ ਛੁੱਟੀ ਆ ਤਾਂ ਚੌਕਸੀ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਹੀ ਦਿੱਤੀ ਜਾਵੇਗੀ ਨਹੀਂ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਜਾਵੇਗੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਤੇ ਜੇਕਰ ਕੋਈ ਕਰਮਚਾਰੀ ਮੰਨ ਲਓ ਕਿਸੇ ਕਰਮਚਾਰੀ ਨੇ ਆਪਣੀ ਛੁੱਟੀ 10 ਤਰੀਕ ਤੱਕ ਮਨਜ਼ੂਰ ਕਰਾਈ ਤੀ 10 5 19 ਤੱਕ ਮੰਨ ਲਓ ਕਿ ਮਨਜ਼ੂਰ ਕਰਵਾ ਲਈ ਤੇ ਜੇਕਰ ਕਰਮਚਾਰੀ 11 ਤਰੀਕ ਨੂੰ ਆਪਣੀ ਛੁੱਟੀ ਤੇ ਨਹੀਂ ਪਹੁੰਚਦਾ ਹੈਗਾ 11 5 19 ਤੱਕ ਆਪਣੀ ਡਿਊਟੀ ਜੋਇਨ ਨਹੀਂ ਕਰਦਾ ਹੈਗਾ ਤਾਂ ਉਹਨੂੰ 15 ਦਿਨ ਅਡਿੱਕਾ ਜਾਵੇਗਾ ਇੰਤਜ਼ਾਰ ਕੀਤਾ ਜਾਵੇਗਾ ਤੇ ਜੇਕਰ 15 ਦਿਨ ਦੇ ਵਿੱਚ ਵੀ ਕਰਮਚਾਰੀ ਛੁੱਟੀ ਉਤੇ ਹਾਜ਼ਰ ਨਹੀਂ ਹੁੰਦਾ ਤਾਂ ਉਹਨੂੰ ਸ਼ੋਅ ਕਾਰਡ ਨੋਟਿਸ ਕੱਢਾ ਜਾਵੇਗਾ ਤੇ ਉਹਦੇ ਵਿਰੁੱਧ 1970 ਦੇ ਰੂਲਾਂ ਦੇ ਅਧੀਨ ਕਾਰਵਾਈ ਸਟਾਰਟ ਕਰ ਦਿੱਤੀ ਜਾਵੇਗੀ ਤੇ ਜਦੋਂ ਆਪਾਂ ਨੇ ਕਾਰਵਾਈ ਸਟਾਰਟ ਕਰ ਦਿੱਤੀ ਤਾਂ 6 ਮਹੀਨੇ ਦੇ ਅੰਦਰ-ਅੰਦਰ ਉਹਦੇ ਉੱਤੇ ਫੈਸਲਾ ਹਰ ਹਾਲਤ ਦੇ ਵਿੱਚ ਕਰਨਾ ਹੋਵੇਗਾ ਤੇ 24 6 16 ਦੇ ਹਦਾਇਤਾਂ ਦੇ ਨਾਲ ਦੋਸਤੋ ਸਰਕਾਰ ਨੇ ਦੋ ਤਿੰਨ ਪਰਫਾਰਮੇ ਵੀ ਦਿੱਤੇ ਸੀ ਇੱਕ ਤਾਂ ਸਵੈ ਘੋਸ਼ਣਾ ਪੱਤਰ ਦੇਣਾ ਸੀ 15 ਦੀਆਂ ਹਦਾਇਤਾਂ ਦੇ ਅਨੁਸਾਰ ਜੋਨ 15 ਦੇ ਹਦਾਇਤਾਂ ਦੇ ਅਨੁਸਾਰ ਤੇ ਇਸੇ ਤਰ੍ਹਾਂ ਹੀ 1012 101 ਇਕਾਂ ਦਾ ਤੇ 1013 ਆਂਦਾ ਹੈ ਜਿਹੜੇ ਸਾਨੂੰ ਆਪਣੀ ਜਾਣਕਾਰੀ ਜੀਤੇ ਵਿੱਚ ਆਪਾਂ ਨੇ ਜੋ ਵੀ ਸਰਕਾਰ ਨੇ ਮੰਗੀ ਉਹ ਭਰ ਕੇ ਦੇਣੀ ਹੁੰਦੀ ਆ ਸਭ ਤੋਂ ਪਹਿਲਾਂ ਨੇਮ ਡੈਜਿਗਨੇਸ਼ਨ ਤੇ ਆਫਿਸ ਜੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਡੇਟ ਆਫ ਬਰਥ ਤੇ ਜਿਹੜੀ ਵੀ ਤੁਸੀਂ ਅਸਾਮੀ ਉੱਤੇ ਨਿਯੁਕਤਾ ਕਿਸ ਮਿਤੀ ਤੋਂ ਨਿਯੁਕਤਾ ਉਸ ਉੱਤੇ ਤੇ ਤੁਸੀਂ ਪਰਮਾਨੈਂਟ ਆ ਜਾਂ ਐਡ ਹੌਕ ਵਿਸਤੇ ਆ ਤੇ ਇਸ ਤਰ੍ਹਾਂ ਜੇਕਰ ਤੁਸੀਂ ਟੈਂਪਰੀਰੀ ਤੌਰ ਤੇ ਆ ਜਾਂ ਪਰਮਾਨੈਂਟ ਤੇ ਨੇਮ ਤੇ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਜਾਣਾ ਉਹਦਾ ਨਾਮ ਦਰਜ ਕਰਨਾ ਹੁੰਦਾ ਹੈ ਲੜੀ ਨੰਬਰ 11 ਦੇ ਵਿੱਚ ਤੁਹਾਨੂੰ ਦੱਸਣਾ ਪਵੇਗਾ ਵੀ ਤੁਹਾਡਾ ਜਿਹੜਾ ਐਕਸਟਰਾ ਖਰਚਾ ਇਹ ਕੋਣ ਕਰੇਗਾ ਤੇ ਲੜੀ ਨੰਬਰ 12 ਦੇ ਵਿੱਚ ਤੁਹਾਡਾ ਜੇਕਰ ਤੁਸੀਂ ਕਦੇ ਇਸ ਤੋਂ ਪਹਿਲਾਂ ਵੀ ਕਦੇ ਵਿਦੇਸ਼ੀ ਛੁੱਟੀ ਉੱਤੇ ਗਏ ਆ ਉਹਦਾ ਵੇਰਵਾ ਦੇਣਾ ਹੁੰਦਾ ਹੈ ਤੇ ਅੰਡਰਟੇਕਿੰਗ ਦੇਣੀ ਹੁੰਦੀ ਆ ਅੰਡਰਟੇਕਿੰਗ ਦੇ ਵਿੱਚ ਦਰਜ ਆ ਵੀ ਜਦੋਂ ਵੀ ਮੇਰੀ ਛੁੱਟੀ ਖਤਮ ਹੋਈ ਤਾਂ ਮੈਂ ਉਸ ਤੋਂ ਤੁਰੰਤ ਬਾਅਦ ਡਿਊਟੀ ਜੁਆਇਨ ਕਰਾਂਗਾ ਜੇਕਰ ਮੈਂ ਡਿਊਟੀ ਜੁਆਇਨ ਕਰਨ ਦੇ ਵਿੱਚ ਫੇਲ ਹੁੰਦਾ ਜਾਂ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ ਤਾਂ ਮੇਰੇ ਉੱਤੇ ਸਜ਼ਾ ਤੇ ਅਪੀਲ ਰੂਲ 1970 ਤੇ ਕੰਡਕਟਰ ਰੂਲ 1968 ਦੇ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇ ਤੇ ਇਸੇ ਤਰ੍ਹਾਂ ਤੁਹਾਡੇ ਸਿਗਨੇਚਰ ਹੋਣਗੇ ਵਿਦ ਮੋਬਾਈਲ ਨੰਬਰ ਤੇ ਜਿਹੜੇ ਵੀ ਤੁਸੀਂ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਹੋ ਦਫ਼ਤਰ ਦੇ ਮੁਖੀ ਵੱਲੋਂ ਇਹ ਤਸਦੀਕ ਕੀਤਾ ਜਾਵੇਗਾ ਕਿ ਇਹਦੇ ਵਿਰੁੱਧ ਕੋਈ ਵੀ ਜਿਹੜੀ ਆ ਜਾਂਚ ਨਹੀਂ ਚੱਲ ਰਹੀ ਕੋਈ ਵਿਜੀਲੈਂਸ ਕੇਸ ਪੈਂਡਿੰਗ ਨਹੀਂ ਹੈਗਾ ਤੇ ਇਹਦੇ ਛੁੱਟੀ ਦੇ ਦੌਰਾਨ ਕਿਹੜਾ ਕਰਮਚਾਰੀ ਕੰਮ ਕਰੂਗਾ 24 ਸੇ 16 ਦੇ ਹਦਾਇਤਾਂ ਦੇ ਵਿੱਚ ਦੋਸਤ ਜਿਹੜਾ ਆਨਲਾਈਨ ਤਿੰਨ ਪਰਫਾਰਮਾ ਉਹਦੇ ਵਿੱਚ ਤੁਹਾਨੂੰ ਆਪਣਾ ਨਾਮ ਤੇ ਆਉਦਾ ਪਰਨਾ ਹੋਵੇਗਾ ਕਿਹੜੇ ਵਿਭਾਗ 'ਚ ਤੁਸੀਂ ਕੰਮ ਕਰਦੇ ਆ ਕਿਸੇ ਵਿਭਾਗ 'ਚ ਕਰਦੇ ਆ ਬੋਰਡ 'ਚ ਕਰਦੇ ਆ ਕਾਰਪੋਰੇਸ਼ਨ ਤੁਹਾਡਾ ਜਿਹੜਾ ਪਾਸਪੋਰਟ ਦਾ ਨੰਬਰ ਕੀ ਆ ਤੇ ਉਹਨੂੰ ਜਾਰੀ ਹੋਣ ਦੀ ਮਿਤੀ ਕੀ ਆ ਤੇ ਤੁਹਾਡੀ ਨੀਤੀ ਯਾਤਰਾ ਕਰਨੀ ਆ ਉਹਦਾ ਵੇਰਵਾ ਕਿਹੜੇ ਦੇਸ਼ ਵਿੱਚ ਜਾਨੀ ਕਿ ਤੁਸੀਂ ਜਾਣਾ ਚਾਹੁੰਦੇ ਆ ਤੈਨੂੰ ਇਹ ਲਾਵਾ ਵਿਦੇਸ਼ ਦੇ ਵਿੱਚ ਕਦੋਂ ਜਾਣਾ ਤੁਸੀਂ ਕਿਸ ਮੀਤੀ ਤੋਂ ਜਾਣਾ ਹੈ ਤੇ ਕਦੋਂ ਤੱਕ ਤੁਸੀਂ ਵਿਦੇਸ਼ ਦੇ ਵਿੱਚ ਰਹਿਣਾ ਹੈ ਤੇ ਤੁਹਾਡੀ ਵਿਦੇਸ਼ੀ ਯਾਤਰਾ ਜਿਹੜਾ ਉਹਦਾ ਮਤਲਬ ਕੀ ਆ ਤੇ ਦੇਸ਼ ਜਿੱਥੇ ਵੀ ਦੇਸ਼ ਦੇ ਵਿੱਚ ਜਾਣਾ ਹੈ ਜਿਹੜੇ ਵੀ ਦੇਸ਼ ਦੇ ਤੁਸੀਂ ਜਾਨੀ ਕਿ ਬਾਹਰਲੇ ਜਿਹੜੀ ਵੀ ਕੰਟਰੀ ਜਾਣਾ ਉਹਦਾ ਨਾਮ ਤੇ ਵਿਦੇਸ਼ ਦੇ ਵਿੱਚ ਜਿੱਥੇ ਰਹਿਣਾ ਉਸ ਸਥਾਨ ਦਾ ਤੁਹਾਨੂੰ ਐਡਰੈਸ ਲਿਖਣਾ ਹੋਵੇਗਾ ਇਸ ਸਥਾਨ ਦਾ ਤੇ ਅਨੁਮਾਨਿਤ ਖਰਚਾ ਕਿੰਨਾ ਕੁ ਹੋਵੇਗਾ ਤੁਹਾਡਾ ਯਾਤਰਾ ਦਾ ਰਹਿਣ ਸਹਿਣ ਦਾ ਵੀਜ਼ਾ ਜਾਂ ਕੋਈ ਵੀ ਜਿਹੜਾ ਖਰਚਾ ਹੈ ਦਰਜ ਕਰਨਾ ਹੋਵੇਗਾ ਤੇ ਜਿਹੜਾ ਤੁਹਾਡਾ ਖਰਚਾ ਹੈ ਇਹਦਾ ਕੌਣ ਜਾਨੀ ਕਿ ਖਰਚੇ ਦਾ ਜਿਹੜਾ ਵਸੀਲਾ ਹੈ ਤਾਂ ਤੁਸੀਂ ਖਰਚਾ ਜਿਹੜਾ ਤੁਸੀਂ ਖੁਦ ਕਰ ਰਹੇ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਰ ਰਿਹਾ ਹੈ ਛੁੱਟੀ ਦੀ ਪ੍ਰਵਾਨਗੀ ਹਾਸਲ ਕਰਨ ਸਮੇਂ ਸਾਨੂੰ ਦੋਸਤੋ ਇੱਕ ਸਵੈ ਘੋਸ਼ਣਾ ਪੱਤਰ ਪੇਸ਼ ਕਰਨਾ ਹੁੰਦਾ ਹੈ ਜਿਦੇ ਵਿੱਚ ਲਿਖਿਆ ਹੁੰਦਾ ਵੀ ਮੈਂ 1968 ਦੇ ਨਿਯਮਾਂ ਦੇ ਅਨੁਸਾਰ ਨਾ ਤਾਂ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਾਂਗਾ ਕਿਸੇ ਵਿਦੇਸ਼ੀ ਨਾਗਰ ਦੀ ਤੇ ਨਾ ਹੀ ਦੋਹਰੀ ਨਾਗਰਿਕਤਾ ਰੱਖਾਂਗਾ ਨਾ ਹੀ ਪਰਮਾਨੈਂਟ ਰੈਜ਼ੀਡੈਂਸ ਜਾਨੀ ਕਿ ਪੀਆਰ ਹਾਸਲ ਕਰਾਂਗਾ ਤੇ ਨਾ ਹੀ ਟੂਰਿਸਟ ਵੀਜ਼ਾ ਤੋਂ ਛੱਡ ਕੇ ਕੋਈ ਸੇ ਹੋਰ ਤਰ੍ਹਾਂ ਦਾ ਵੀਜ਼ਾ ਹਾਸਲ ਕਰਾਂਗਾ ਤੇ ਕੋਈ ਸਪੈਸ਼ਲ ਸਟੇਟਸ ਵੀ ਹਾਸਲ ਨਹੀਂ ਕਰਾਂਗਾ ਜਿਹੜਾ ਆਮ ਕਰਕੇ ਭਾਰਤੀ ਨਾਗਰਿਕਾਂ ਵਾਸਤੇ ਨਹੀਂ ਹੈਗਾ ਧੰਨਵਾਦ ਦੋਸਤੋ